ਮੈਂ ਨਾ ਤੁਹਾਡੀ ਹੈਲਪ ਚਾਹੀਦੀ ਸੀ, ਜੇ ਤੁਸੀਂ ਮਾਈਂਡ ਨਾ ਕਰੋ ਮੇਰਾ ਨਾ ਰਿਚਾਰਜ ਕਰਵਾ ਦੋਗੇ ਤੁਸੀਂ? ਚੱਲ ਠੀਕ ਹੈ, ਚੰਗਾ ਫਿਰ ਕਰਵਾ ਦੂੰਗਾ, ਠੀਕ ਹੈ। ਮੈਨੂੰ ਐਂ ਦੱਸ, ਤੈਨੂੰ ਯਕੀਨ ਕਿਵੇਂ ਆਊਗਾ ਫਿਰ? ਫਿਰ ਐਂ ਕਰ ਬਾਈ, ਉਹਨੂੰ ਕਹਿ ਵੀ ਕੱਲ੍ਹ ਨੂੰ ਤੈਨੂੰ ਮਿਲ ਕੇ ਜਾਵੇ, ਮੈਂ ਤਾਂ ਫਿਰ ਮੰਨੂ। ਪਰ ਜਸ ਇਹ ਸਭ ਕਿਉਂ? ਨਹੀਂ ਨਹੀਂ ਕਮਲ, ਜੋ ਤੂੰ ਸਮਝ ਰਹੀ ਹੈ ਉਹ ਮੇਰਾ ਕੁਛ ਨਹੀਂ ਹੈਗਾ, ਬਸ ਮੈਂ ਤੈਨੂੰ ਮਿਲਣਾ ਹੈ। ਅੱਛਾ ਚੱਲ ਕੋਈ ਨਾ, ਮੈਂ ਕੱਲ੍ਹ ਨੂੰ ਆ ਜਾਊਂ। ਹੈਲੋ, ਤੁਸੀਂ ਆ ਜਾਓ, ਕੰਮ ਤਾਂ ਆਪਣਾ ਹੋ ਗਿਆ। ਨਾ ਮੈਂ ਗੁਰਮਿੰਦਰ ਨੂੰ ਫੋਨ ਆਉਣ ਜੋਗਰਾ, ਉਹ ਕੀ ਕਹੂਗਾ ਵੀ ਦੇਖ ਲਿਆ ਸੱਚਾ ਪਿਆਰ? ਪਹਿਲੀ ਵਾਰ ਜ਼ਿੰਦਗੀ 'ਚ ਪਿਆਰ ਕੀਤਾ ਸੀਗਾ, ਉਹ 'ਚ ਵੀ ਧੋਖਾ ਮਿਲ ਗਿਆ। ਯਾਰ ਲਾਈਟ ਜੀ ਕਹਿੰਦੀ, ਨਾਲੇ ਲਾਈਟ ਜੀ ਆ ਗਈ ਨਹੀਂ ਹੈਗੀ, ਖੇਤ ਵੀ ਆ ਗਏ। ਕਿਵੇਂ ਯਸ? ਉਹ ਹਾਂ ਗੁਰਵਿੰਦਰ, ਵਧੀਆ, ਤੂੰ ਦੱਸ? ਵਧੀਆ ਵਧੀਆ, ਤੈਂ ਬੜੇ ਦਿਨਾਂ ਬਾਅਦ ਗੇੜਾ ਮਾਰੇ ਖੇਤ। ਉਹ ਯਾਰ ਲਾਈਟ ਜੀ ਕਹਿੰਦੀ ਅੱਜ, ਕਹਿੰਦੇ ਆਊਗੀ। ਅੱਛਾ, ਮੈਂ ਤਾਂ ਕਰਕੇ ਆ ਗਿਆ ਯਾਰ। ਤੂੰ ਰਹਿਣਾ ਕਿੱਥੇ ਅੱਜ ਕੱਲ੍ਹ, ਦਿਖਦੀ ਨਹੀਂ? ਉਹ ਰਹਿਣਾ ਕਿੱਥੇ ਭਰਾਵਾ, ਕਰੀ ਰਹਿਣਾ ਮੈਂ ਤਾਂ। ਅੱਛਾ, ਇੱਕ ਕੁੜੀ ਨਾਲ ਸੈਟਿੰਗ ਹੋ ਰਹੀ ਆ। ਆਹੋ, ਦਿਨ ਰਾਤ ਉਸ ਨਾਲ ਹੀ ਲੱਗੇ ਰਹਿੰਦੇ। ਆਹੋ, ਤੈਨੂੰ ਕਿੱਥੋਂ ਮਿਲ ਗਈ? ਉਹ ਹੀ ਮਿਲ ਗਈ ਬਾਈ, ਇੰਸਟਾਗ੍ਰਾਮ ਤੋਂ। ਉਹ ਇੰਸਟਾਗ੍ਰਾਮ ਵਾਲਾ ਕਿਹੜਾ ਪਿਆਰ, ਕੋਈ ਤੈਨੂੰ ਉੱਲੂ ਬਣਾਉਂਦਾ ਹੋਊ? ਓਏ ਨਹੀਂ ਬਾਈ, ਉਹ ਵੀ ਮੁੰਡਾ ਹੋਊਗਾ ਬਾਈ। ਉਹ ਨਹੀਂ ਹੈਗਾ ਮੁੰਡਾ, ਉਹ ਲੈ, ਮੈਨੂੰ ਤਾਂ ਲੱਗਦਾ ਉਸੇ ਦੀ ਫੋਨ ਹੈ। ਉਹ ਲੈ, ਉਸੇ ਦਾ ਫੋਨ ਨਾ ਕਿਤੇ, ਆ ਚੱਕ ਦੇਖ, ਉਸੇ ਦੀ ਫੋਨ ਹੈ। ਤੂੰ ਬੈਠ, ਮੈਂ ਗੱਲ ਕਰਕੇ ਆਇਆ। ਚੱਲ ਠੀਕ ਹੈ। ਹੈਲੋ, ਹਾਂਜੀ, ਕੀ ਹਾਲ ਨੇ? ਉਹ ਵਧੀਆ ਜੀ, ਤੁਸੀਂ ਦੱਸੋ ਤੁਹਾਡਾ ਕੀ ਹਾਲ ਆ? ਵਧੀਆ, ਹੋਰ ਕੀ ਕਰ ਰਹੇ ਸੀ? ਬਸ ਕੁਝ ਨਹੀਂ ਜੀ, ਤੁਹਾਡੇ ਬਾਰੇ ਸੋਚ ਰਹੇ ਸੀ ਇਸ ਤਾਂ। ਅੱਛਾ, ਹੁਣ ਸਾਡੇ ਬਾਰੇ ਵੀ ਇੰਨਾ ਸੋਚਣ ਲੱਗ ਗਏ, ਕੀ ਬਾਤ ਹੈ? ਹਾਂਜੀ ਹਾਂਜੀ, ਸੋਚਣਾ ਤਾਂ ਪੈਂਦਾ ਹੀ ਆ, ਤੁਹਾਨੂੰ ਪਿਆਰ ਜੋ ਇੰਨਾ ਕਰਦਾ ਮੈਂ। ਅੱਛਾ ਜੀ, ਮੈਨੂੰ ਵੀ ਦੱਸ ਦਿਓ ਫਿਰ, ਕਿੰਨਾ ਕੁ ਪਿਆਰ ਕਰਦੇ ਹੋ? ਹਾਂ ਹਾਂ ਕਮਲ, ਮੈਂ ਤੈਨੂੰ ਬਹੁਤ ਪਿਆਰ ਕਰਦਾ, ਆਪਣੀ ਜਾਨ ਤੋਂ ਵੀ ਜ਼ਿਆਦਾ, ਅਤੇ ਮੈਂ ਤੇਰੇ ਨਾਲ ਸਾਰੀ ਜ਼ਿੰਦਗੀ ਰਹਿਣਾ ਚਾਹੁੰਦਾ। ਅੱਛਾ ਜੀ, ਇੰਨੀ ਅੱਗੇ ਨਾ ਜਾਓ, ਹਲੇ ਆਪਾਂ ਨੂੰ ਥੋੜ੍ਹਾ ਟਾਈਮ ਹੀ ਹੋਇਆ ਗੱਲ ਕਰਦਿਆਂ ਨੂੰ। ਅੱਛਾ, ਹੋਰ ਦੱਸੋ ਕਿੱਥੇ ਹੋ? ਉਹ ਕਿਤੇ ਨਹੀਂ, ਮੈਂ ਤਾਂ ਖੇਤ ਆਇਆ ਹੋਇਆ ਸੀਗਾ, ਲਾਈਟ ਜੀ ਆਉਣੀ ਸੀ ਅੱਜ ਮੋਟਰ 'ਤੇ। ਮੈਨੂੰ ਨਾ ਤੁਹਾਡੀ ਇੱਕ ਹੈਲਪ ਚਾਹੀਦੀ ਸੀ, ਜੇ ਤੁਸੀਂ ਮਾਈਂਡ ਨਾ ਕਰੋ ਮੇਰਾ ਨਾ ਰਿਚਾਰਜ ਕਰਵਾ ਦੋਗੇ ਤੁਸੀਂ? ਹਾਂ ਹਾਂ, ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਮੈਂ ਪਿੰਡ ਜਾਊਂਗਾ ਫਿਰ ਮੈਂ ਕਰਵਾ ਦੇਣਾ। ਚਲੋ ਠੀਕ ਹੈ, ਫਿਰ ਤੁਸੀਂ ਕਰਵਾ ਦਿਓ, ਆਪਾਂ ਫਿਰ ਗੱਲ ਕਰਦੇ ਹਾਂ। ਹਾਂ ਹਾਂ ਚੱਲ ਠੀਕ ਹੈ, ਚੰਗਾ ਫਿਰ, ਕੋਈ ਗੱਲ ਨਹੀਂ, ਮੈਂ ਕਰਵਾ ਦੂੰਗਾ, ਠੀਕ ਹੈ, ਪਿੰਡ ਜਾ ਕੇ। ਓਕੇ ਠੀਕ ਹੈ, ਓਕੇ। ਉਹ ਕਰਿਆ ਆ ਫਿਰ ਗੱਲ? ਉਹ ਹਾਂ ਬਾਈ, ਕਰਿਆ ਗੱਲ ਤਾਂ ਮੈਂ। ਕੀ ਕਹਿੰਦੀ ਫਿਰ ਭਰਜਾਈ? ਉਹ ਕਹਿਣਾ ਕੀ ਹੈ, ਉਹੀ ਪਿਆਰ ਮੁਹੱਬਤ ਦੀਆਂ ਗੱਲਾਂ। ਉਹ ਮੈਂ ਤੈਨੂੰ ਹਜੇ ਵੀ ਕਹਿੰਦਾ, ਰਹਿਣ ਦੇ ਤੂੰ ਆ ਚੱਕਰਾਂ ਤੋਂ। ਓਏ ਨਹੀਂ ਬਾਈ, ਮੈਂ ਇਹਨੂੰ ਬਹੁਤ ਪਿਆਰ ਕਰਦਾ। ਉਹ ਨੈਟ ਵਾਲਾ ਕਿਹੜਾ ਪਿਆਰ ਹੁੰਦਾ, ਸਭ ਝੂਠੇ ਦਿਖਾਵੇ ਹੁੰਦੇ ਨੇ। ਓਏ ਨਹੀਂ ਯਾਰ, ਮੇਰੀ ਕਮਲ ਇਹੋ ਜਿਹੀ ਨਹੀਂ ਹੈਗੀ ਬਾਈ, ਉਹ ਤਿੱਥੋਂ ਪੈਸੇ ਖਾਣ ਦੀ ਮਾਰੀ ਕਰਦੀ ਹੈ। ਓਏ ਨਹੀਂ ਬਾਈ, ਹਜੇ ਤੱਕ ਮੈਨੂੰ ਉਹਨੇ ਇਹੋ ਜਿਹਾ ਕੁਛ ਨਹੀਂ ਕਿਹਾ ਹੈਗਾ ਪੈਸੇ ਪੂਸੇ ਨਾਲ ਯਾਰ। ਮੈਨੂੰ ਤਾਂ ਨਹੀਂ ਯਾਰ ਤੇਰੀਆਂ ਗੱਲਾਂ 'ਤੇ ਯਕੀਨ ਹੁੰਦਾ ਹੈਗਾ, ਨਾਲੇ ਯਾਰ ਮੈਨੂੰ ਤਾਂ ਲੱਗਦਾ ਵੀ ਉਹ ਮੁੰਡਾ ਹੋਊਗਾ। ਓਏ ਨਹੀਂ ਯਾਰ, ਮੈਨੂੰ ਐਂ ਦੱਸ, ਤੈਨੂੰ ਯਕੀਨ ਕਿਵੇਂ ਆਊਗਾ ਫਿਰ? ਫਿਰ ਐਂ ਕਰ ਬਾਈ, ਉਹਨੂੰ ਕਹਿ ਵੀ ਕੱਲ੍ਹ ਨੂੰ ਤੈਨੂੰ ਮਿਲ ਕੇ ਜਾਵੇ, ਮੈਂ ਤਾਂ ਫਿਰ ਮੰਨੂ। ਉਹ ਯਾਰ ਉਹ ਗੱਲੀ ਕਿੱਥੇ ਹੋ ਵਿਚਾਰੀ ਯਾਰ, ਆਜੂ ਐਂ, ਉਹਨੂੰ ਕੀ ਹੁੰਦਾ ਜਾਂ ਆਪਦੇ ਨਾਲ ਕਿਸੇ ਸਹੇਲੀ ਨੂੰ ਲਿਆ ਲੂਗੀ ਫਿਰ। ਚੱਲ ਮੈਂ ਦੇਖ ਲੂੰਗਾ, ਹੱਥ ਨੇ ਪੁੱਛ ਲੂੰਗਾ ਉਹਨੂੰ ਫੋਨ ਲਾ ਕੇ। ਫੋਨ ਕਰ ਲਈ ਅਤੇ ਫਿਰ ਮੈਨੂੰ ਚੜ੍ਹਾ ਕੇ ਲੈ ਜੀ ਕਰੋ, ਫਿਰ ਆਪਾਂ ਵਕਤ ਚੱਲਾਂਗੇ, ਤੂੰ ਇਕੱਲੇ ਨਹੀਂ ਜਾਣਾ। ਓਏ ਨਾ ਨਾ, ਤੂੰ ਬਸ ਚਲੀ ਨਾਲ, ਮੈਨੂੰ ਇਕੱਲੇ ਨੂੰ ਡਰ ਜਾ ਵੀ ਲੱਗਦਾ, ਕਿਵੇਂ ਗੱਲ ਕਰੂੰ ਮੈਂ? ਬਸ ਠੀਕ ਆ, ਕਿੰਨੇ ਕੁ ਵਜੇ ਚੱਲੇ ਆਏ ਫਿਰ ਆਪਾਂ? ਮੈਂ ਤੈਨੂੰ ਹੱਥ ਨੇ ਫੋਨ ਕਰ ਦੂੰਗਾ। ਠੀਕ ਆ, ਹਿਸਾਬ ਨਾਲ ਕਰਦੀ ਫਿਰ, ਕੱਲ੍ਹ ਨੂੰ ਮੈਂ ਸ਼ਹਿਰ ਵੀ ਜਾਣਾ, ਕੋਈ ਨਾ ਤੇਰੇ ਨਾਲ ਵਕਤ ਚੱਲੂਗਾ। ਮੈਂ ਤੈਨੂੰ ਸਵੇਰੇ ਫੋਨ ਕਰ ਦੂੰ ਯਾਰ, ਨਹੀਂ ਮੈਂ ਸ਼ਾਮ ਨੂੰ ਕਰ ਦੂੰ ਉਹਦੇ ਨਾਲ ਗੱਲ ਕਰਕੇ ਵੀ ਕਿੰਨੇ ਕੁ ਵਜੇ ਆਊਗੀ ਉਹ। ਠੀਕ ਹੈ, ਪਰ ਉਸ ਤਾਂ ਇਹ ਨਹੀਂ ਆਊਗਾ ਨਾ, ਚੱਲ ਦੇਖ ਲੈਂਦੇ। ਚੰਗਾ ਫਿਰ, ਠੀਕ ਆ, ਚੰਗਾ ਠੀਕ ਆ, ਦੇਖਾਂ ਪੁੱਛਾਂ ਫੋਨ ਲਾ ਕੇ ਵੀ ਲਾਈਟ ਛੱਡਣਗੇ ਕਿ ਨਾ ਯਾਰ, ਤਾਂ ਔਖੀ ਹੋ ਗਿਆ। ਹੈਲੋ ਵੀਰੇ, ਲਾਈਟ ਆਊਗੀ ਅੱਜ ਖੇਤ ਵਾਲੀ? 2 ਵਜੇ ਆਊਗੀ? ਠੀਕ ਹੈ ਠੀਕ ਹੈ, ਓਕੇ। ਲੈ, ਲੇਟ ਤਾਂ 2 ਵਜੇ ਆਊਗੀ, ਚੱਲ ਆਟਾ ਡੇਗੇ ਹੁਣ ਚੱਕੀ 'ਤੇ ਜਾ ਕੇ, ਪਹਿਲਾਂ ਫਿਰ ਆ ਜਾਵਾਂਗੇ। ਯਾਰ ਗੁਰਵਿੰਦਰ, ਗੱਲ ਤਾਂ ਸਹੀ ਕਹਿੰਦਾ ਸੀਗਾ, ਮਿਲਣਾ ਤਾਂ ਚਾਹੀਦਾ ਇੱਕ ਵਾਰੀ। ਚੱਲ ਫੋਨ ਲਾਉਣਾ ਮੈਂ ਪਹਿਲਾਂ ਨੂੰ।
कमल हेलो और किमें कमल बस बढ़िया तुसी दसो कमल तू मैनू की गल दस तू मैनू सच्ची प्यार करदी है हां हां जस मैं तैनू बहुत प्यार करदी हां पर की गल हो गई कुछ नहीं कमल बस तैनू एक काम करना पऊ दसो कमल मैं ना तैनू मिलनागा तू ऐ करी तू कल ना सलाम आ जी पर जस ये सब क्यों नहीं नहीं कमल जो तू समझ रही है वो मेरा कुछ नहीं है बस मैं तैनू मिलना है अच्छा चल कोई ना मैं कल नू आ जाऊं हाँ हाँ बस कल नू टाइम नाल आ जी ठीक है फिर कल मिलते हैं चल ठीक है ओके ले भी मित्रा कल नू पता लग ही जाऊगा दुध का दुध ते पानी का पानी नाले गुरविंदर नू भी यकीन होगा मेरे ते चल डंगरां दा देखिए की बनता है रविंद्र हो नहीं खड़ी चल आ जा तू उधर खड़ में जा के आना ठीक है सत श्री अकाल जी सत श्री अकाल आ जाओ हाँ जी और दसो फिर की हाल चाल है वधिया वधिया अच्छा आने जो की परेशानी तो नहीं हुई नहीं नहीं अच्छा ते कुछ खाना पीना तो नहीं 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 ओ संगण दी लोड़ नहीं हैगी जे भूख लग रही है तुसी दस दो आपां मंगवा लैने आ कुछ नहीं जस मैं घर ते रोटी खा के ही तुरी आ मैं कुछ नहीं खाना नी दिल तैनू किन्ना करदा प्यार मैं किंज दसां बोल के नी मैं किंज दसां नी दिल तैनू किन्ना करदा प्यार मैं किंज दसां बोल के नी मैं किंज दसां बोल के ओ की लिखिया दिल दी किताब ते किंज दसां बोल के नी मैं किंज दसां बोल के कमल मैं तेरे नाल गल करनी सी दसो तू ना बहुत सोहनी हैगी पहला तो मैं एवें कि तू फोटो जी सोहनी लगती हाँ पर जो मैं तेन रियल च देखा तू तो बहुत सोहनी है अच्छा जी हाँ कमल मैं तेन बहुत प्यार कर दाँगा नाले मेरी गल सुनो तू आपके घर गल कर ला आप छेती छेती ब्याह करवा लें अच्छा अच्छा चल कोई गल नहीं मैं घर करूँगी गल चल हूँ बहुत टाइम हो गया मैं चलती हाँ ओ लै इन्नी भी कहदी गाली आ तू दो मिनट रुकता जा आप गल बात कर लीए नहीं जस मैं घर दस के एवं फिर वो मेरी फिक्र करेंगे चल ठीक है चंगा फिर जा हूँ तू नाले ऐ करी शाम नू फोन कर ली ठीक है चल ठीक है चल जड़ा नज़ारा खेत आके आउंदा है ना किते नहीं आउंदा है होर इधर खड़ते हैं धुप्प च हूँ तो खुश है तू खुश तो है यार पर मैनू यार हजे भी गल ठीक है जी नहीं लगती क्यों यार लग यार तू तो ही करी जाने का हूँ तेन क्यों नहीं ठीक लगता यार तेन मिलना ही देखा तेरे लगे दो मिनट नहीं खड़ेगी नाल दी नाल कहती मैं जाना है नाले वो कहती मैं घर ही नहीं दस के आई वो यार मेरी गल सुना तेरी नहीं है कोई सहेली तू तो मेरे से मची जाना यार भी नहीं यार मैं सहेली वाली गल नहीं है यार मैं तेरा यार दोस्त हो के ता तेनू समझाऊना तू बच जा चक्कर तो वो यार तेनू की लग्या मैनू ऐ दस मैनू यार ऐ लगे यार जिम्मे तेरे नाल कुड़ी कोई धोखा कर दी हो यार धोखा कर मेरे ना धोखा कहता करना उन्हें यार तू बचा जाना बच ला मैनू पर सही नहीं लगी यार कुड़ी वो यार मेरी गल सुन उन्हें मैनू हजे तक कुछ कही नहीं है ना उन्हें ऐ कह भी ब्याह बारे जा कुछ भी आप कह दी भी ब्याह करा के मैनू फसा लूगी जा कोई होर तैं ब्याह कर गल करी हो ब्याह की फिर मनी वह कहने यार मैं आपके घर गल कर लूँगी ठीक है हाँ इन्ना कहता हूँ अगली ने
ਜੇ ਤਾਂ ਹੁਣ ਉਹੀ ਬਾਤ ਪੈ ਰਹੀ ਹੋਵੇ ਵਿਆਹ 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 ਫਿਰ ਤਾਂ ਆਪਾਂ ਗੱਲ ਮੰਨੀ ਹੈ, ਉਹਨੇ ਤਾਂ ਕੋਈ ਗੱਲ ਨਹੀਂ, ਜਿਹੜੀ ਗੱਲ ਮੈਂ ਕਰੀ ਆ ਵਿਆਹ ਦੀ। ਅੱਛਾ, ਤੈਨੂੰ ਉਈਂ ਲੱਗੀ ਜਾਂਦਾ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਚੱਲ ਦੇਖ ਲੈ ਯਾਰ, ਫਿਰ ਵੀ ਸੰਭਲ ਕੇ ਰਹੀ। ਨਹੀਂ ਨਹੀਂ ਐਂ ਤਾਂ ਆਪਾਂ ਪੂਰੀ ਹੋਰ ਖਾਂਦਾ ਉਹ ਬਾਕੀ ਐਂ ਗਾ ਯਾਰ, ਉਹਨੂੰ ਕਾਹਲੀ ਦੀ ਅੱਜ, ਉਹ ਕਹਿੰਦੀ ਮੈਂ ਛੇਤੀ ਘਰੇ ਜਾਣਾ ਗਾ। ਚੱਲ ਕਦੇ ਫੇਰ ਮਿਲ ਪਈ ਫਿਰ। ਹਾਂ ਫਿਰ ਇੱਧਰ ਦੁਬਾਰੇ ਤਮੰਨਾ ਪੂਰੀ ਕਰ ਦਾਂਗੇ, ਦੁਬਾਰੇ ਵਕਤ ਚੱਲਾਂਗੇ, ਦੁਬਾਰੇ ਵਕਤ ਚੱਲਾਂਗੇ। ਨਾਲੇ ਉਹਨੂੰ ਕਹਿ ਦੂੰਗਾ ਮੈਂ ਵੀ ਆਪਦੀ ਸਹੇਲੀ ਨਾਲ ਮੇਰੇ ਮਿੱਤਰ ਦੀ ਵੀ ਕਰਾ ਲਈ ਸੈਟਿੰਗ। ਨਾ ਨਾ ਕਿਉਂ, ਆਪਾਂ ਨਹੀਂ ਕਰਾਉਂਦੇ ਕਿਸੇ ਨਾਲ ਬਾਈ। ਕਾਹਤੋਂ? ਨਾ ਆਪਾਂ ਤਾਂ ਹਜੇ ਕੰਮਾਂ ਤੋਂ ਦੂਰ ਹੀ ਰਹਿਣਾ। ਚੱਲ ਤੇਰੀ ਮਰਜ਼ੀ ਹੈ, ਚੱਕਰਾਂ ਤੋਂ ਕੋਈ ਨਾ ਖੜਦਾ ਸਾਲ, ਤੂੰ ਆਪ ਕਹੇਗਾ। ਉਹ ਨਹੀਂ, ਹਾਂ ਨਾ ਨਾ ਚੱਲ ਕੋਈ ਚੱਕਰ, ਹੁਣ ਤਾਂ ਤੈਨੂੰ ਕੋਈ ਸ਼ੱਕ ਹੈ ਨੀ ਗੀ, ਤਾਂ ਤੈਨੂੰ ਮਿਲਾਤਾ ਦੇਖ ਲਾ ਉਦੇ, ਤੂੰ ਮੈਨੂੰ ਮਿਲਾਉਣ ਨੂੰ ਕਿਹਾ ਸੀ ਕੱਲ ਹਨਾ। ਫੇਰ ਚੱਲ ਐਂ ਤਾਂ ਕੋਈ ਸ਼ੱਕ ਨੀ ਗੀ, ਬਸ ਫਿਰ ਜੇ ਗੱਲਬਾਤ ਮੈਨੂੰ ਲੱਗੀ ਸ਼ੱਕ ਤਾਂ ਮੈਂ ਤੈਨੂੰ ਦੱਸ ਦੂੰਗਾ ਹਨਾ। ਊਂ ਤਾਂ ਯਾਰ ਮੈਨੂੰ ਬਹੁਤ ਸਿਆਣੀ ਲੱਗੀ ਕੁੜੀ, ਇਹੋ ਜਿਹੀ ਗੱਲ ਨਹੀਂ ਹੈਗੀ। ਐਂ ਦੇਖਣ ਤਾਂ ਯਾਰ ਮੈਨੂੰ ਵੀ ਸਿਆਣੀ ਲੱਗੀ। ਚੱਲ ਯਾਰ ਫਿਰ ਵੀ ਧਿਆਨ ਨਾਲ ਸੰਭਲ ਕੇ ਰਹੀ, ਬਾਕੀ ਜੇ ਕੋਈ ਗੱਲ ਹੋਈ ਆਪਾਂ ਹੈਗੇ ਹਾਂ, ਦੱਸ ਦੀ ਕੋਈ ਚੱਕਰ ਨਹੀਂ ਹੈਗਾ। ਠੀਕ ਹੈ, ਹਾਂ ਚੱਲ ਫਿਰ ਆਪਾਂ ਨੱਕਾ ਦੇਖ ਕੇ ਆਈਏ। ਹਾਂ ਨੱਕਾ ਦੇਖਿਆ, ਨਾਲੇ ਕਣਕ ਦੇਖਿਆ, ਇੱਧਰ ਪੀਲੀ ਜਿਹੀ ਹੋ ਰਹੀ ਹੋ ਗਈ, ਕਿਹਨਾਂ ਸੈੱਟ ਸਪਰੇਅ ਜੀ ਕਰੀ ਤੀ। ਵਧੀਆ ਆਪਾਂ ਕੱਪੜੇ ਬਦਲੇ। ਹੋਰ ਹੋਰ ਉਹ ਕੋਟਿਆਂ ਨਾਲ ਤਾਂ ਮੈਨੂੰ ਗਰਮੀ ਆਈ। ਤੇਲ ਤੂਲ ਲਾ ਕੇ ਰੱਖਿਆ ਕਰੋ ਯਾਰ, ਤੁਸੀਂ ਜਰਜੀ ਵਾਲੇ ਜਿੰਦੇ ਨਾਲ ਆਇਆ ਕਰੋ ਸੁਭਾਅ ਤੋਂ। ਫਿਰ ਵੀ ਫੋਨ ਆ ਗਿਆ ਕਿਹਦਾ, ਓਏ ਕਰ ਲੈ ਗੱਲ ਫਿਰ, ਜਿੰਦਾ ਵੀ ਲੱਗ ਗਿਆ ਨਾਲੇ। ਹੈਲੋ ਹੈਲੋ, ਮੈਂ ਵਧੀਆ, ਤੁਸੀਂ ਦੱਸੋ, ਮੇਰੀ ਹੈਲਪ ਕਰ ਦਿਓ। ਮੈਂ ਨਾ ਤੁਹਾਡੇ ਪਿੰਡ ਵਾਲੇ ਬੱਸ ਸਟੈਂਡ 'ਤੇ ਖੜ੍ਹੀ ਸੀਗੀ, ਮੈਨੂੰ ਪਿੰਡ ਤੱਕ ਛੱਡਿਓ, ਬੱਸ ਨਹੀਂ ਆ ਰਹੀ ਹੈਗੀ ਮੇਰੀ। ਕੋਈ ਗੱਲ ਨਹੀਂ, ਆ ਜਾਣਾ ਮੈਂ। ਠੀਕ ਹੈ ਠੀਕ ਹੈ, ਆ ਗਿਆ ਮੈਂ, ਆ ਗਿਆ ਅੱਡੇ 'ਤੇ ਆ ਗਿਆ। ਓਏ ਉਹ ਐਂ ਕਹਿੰਦੀ ਹੈ, ਹਾਂ ਕਹਿੰਦੀ ਮੈਂ ਤੁਹਾਡੇ ਪਿੰਡ ਵਾਲੇ ਅੱਡੇ 'ਤੇ ਖੜ੍ਹੀ ਹੈਗੀ। ਕਿਉਂ? ਬੱਸ ਬੁੱਸ ਲੰਘ ਗਈ ਕਹਿੰਦੀ ਮੇਰੀ। ਫਿਰ ਹੁਣ ਕਹਿੰਦੀ ਮੈਨੂੰ ਪਿੰਡ ਛੱਡ ਗਿਆ। ਉਹ ਯਾਰ ਟਾਈਮ ਤਾਂ ਦੇਖ ਕਿਹੜਾ ਹੋ ਰਿਹਾ, 6 ਵਜਣ ਵਾਲੇ ਹੋ ਰਹੇ ਨੇ, ਆਉਂਦ ਕਰਦੇ ਹਨੇਰਾ ਹੋ ਜੂ। ਚੱਲ ਦੇਖ ਲੈਣਾ ਜਾ ਕੇ ਕੀ ਕਹਿੰਦੀ ਹੈਗੀ। ਉਹ ਬਈ ਯਾਰ ਨਾ ਯਕੀਨ ਕਰ, ਕੀ ਪਤਾ ਉਹਨੂੰ ਅੱਗੇ ਕੋਈ ਮੁੰਡੇ ਮੰਡੇ ਬੁਲਾ ਰੱਖੇ ਹੋਣ, ਉਹ ਕਟਵਾ ਦੂ ਤੈਨੂੰ। ਉਹ ਚੱਲ ਐਂ ਕਰਦਾ ਮੈਂ ਵਗ ਜਾਣਾਗਾ, ਮੈਂ ਤੈਨੂੰ ਫੋਨ ਕਰ ਦੂੰ ਜੇ ਕੋਈ ਗੱਲਬਾਤ ਹੋ ਗਈ, ਪਰ ਚੱਕ ਲਈ ਤੂੰ ਕਿਤੇ ਮੇਰੇ ਕੋਲ। ਉਹ ਫੋਨ ਤਾਂ ਚੱਕ ਲੂੰਗਾ ਮੈਂ। ਉਹ ਯਾਰ ਤੂੰ ਮੋਟਰਸਾਈਕਲ ਜਾਂ ਆਪਦਾ ਲੈ ਜਾਈ, ਮੇਰੇ ਨਾਲ ਲੈ ਕੇ ਜਾਈ ਚੰਗਾ। ਚੱਲ ਮੈਂ ਆਪਦਾ ਲੈ ਜਾਊਂਗਾ। ਹਾਂ ਚੱਲ ਮੈਂ ਦੇਖਦਾ ਨਹੀਂ, ਮੈਨੂੰ ਐਂ ਕਹਿ ਦੂੰਗਾ ਵੀ ਤੂੰ ਇੱਥੇ ਰਹਿ ਜਾ ਰਾਤ, ਯਾਰ ਮੇਰੇ ਕੋਲੇ ਤੜਕੇ ਨੂੰ ਛੱਡੇ ਮਸਲੇ। ਹਾਂ ਉਹ ਕੀ ਕਰੇ ਆਪਦੇ ਘਰੇ ਰੱਖ ਕੇ ਯਾਰ, ਤੂੰ ਤਾਂ ਆਪ ਇਕੱਲਾ ਹੈ। ਉਹ ਫਿਰ ਹੁਣ ਹੈਲਪ ਤਾਂ ਕਰਨੀ ਪਊ ਯਾਰ, ਇਕੱਲੀ ਕੁੜੀ ਹੈਗੀ, ਕੀ ਪਤਾ ਹੁਣ ਆਪਾਂ ਨੂੰ ਕੀ ਪਤਾ ਸਹੀ ਹੈ ਕਿ ਗਲਤ ਹੈ, ਜੇ ਸਹੀ ਹੋਈ ਬਾਅਦ 'ਚ ਆਪਾਂ ਪਛਤਾਵਾਂਗੇ। ਚੱਲ ਯਾਰ ਤੂੰ ਹੈਲਪ ਤਾਂ ਕਰ ਦੇ, ਕੋਈ ਗੱਲ ਨਹੀਂ, ਤੂੰ ਜੇ ਪਿੰਡ ਦਾ ਬਣਿਆ ਪਿੰਡ ਛੱਡੇ, ਜੇ ਘਰ ਦਾ ਬਣਿਆ ਚੱਲ ਘਰੇ ਲਿਆ। ਠੀਕ ਹੈ, ਫਿਰ ਜਾਂਦਾ ਜਾਂਦਾ ਮੈਨੂੰ ਵੀ ਤਾਰ ਜੀ ਯਾਰ, ਮੈਂ ਤਾਰਾਂ ਤੂਰਾਂ ਕੱਢਣੀਆਂ ਨੇ। ਚੱਲ ਮੈਂ ਕੋਟ ਵੀ ਪਾ ਕੇ ਲਿਆਉਣਾ, ਠੰਡ ਹੋ ਰਹੀ ਹੈ ਯਾਰ। ਹੋਰ ਲੈ ਕੋਟ ਤਾਂ ਮੇਰੇ ਵਾਲਾ ਦੇ ਦੇਣਾ, ਨਹੀਂ ਨਹੀਂ ਮੈਂ ਆਪਦਾ ਦੂਜਾ ਪਾ ਕੇ ਜਾਊਂਗਾ। ਤੂੰ ਤਾਂ ਸੰਗਤਰੀ ਪਾਵੇਂ, ਸੰਗਤਰੀ ਮੈਂ ਡਾ ਨਹੀਂ ਛੱਡਦਾ ਹੈਗਾ। ਚੱਲ ਚੱਲੀਏ, ਆਇਆ ਚੱਲੀਏ। ਹਾਂਜੀ ਕਮਲ ਜੀ, ਮੇਰੀ ਬੱਸ ਲੰਘ ਗਈ, ਮੈਨੂੰ ਛੱਡੇ ਆਉਂਦੇ ਪਿੰਡ ਤੱਕ। ਮੈਨੂੰ ਐਸੋ ਤੁਸੀਂ ਇੱਧਰ ਕਿਵੇਂ? ਮੈਨੂੰ ਕੰਮ ਆ ਸੀਗਾ। ਅੱਛਾ ਪਿੰਡ ਛੱਡ ਕੇ ਆਵਾਂ? ਹਾਂਜੀ ਯਾਰ, ਹਨੇਰਾ ਹੋ ਰਿਹਾ ਹੁਣ, ਤੈਨੂੰ ਮੈਂ ਪਿੰਡ ਕਿਵੇਂ ਛੱਡ ਕੇ ਆਵਾਂ, ਮੈਂ ਮੁੜ ਕੇ ਵੀ ਆਉਣਾਗਾ, ਮੈਂ ਤਾਂ ਹਨੇਰਾ ਹੋ ਜੂਗਾ ਜਮੀ। ਦੇਖ ਲਓ, ਤੂੰ ਐਂ ਕਰ ਫਿਰ, ਅੱਜ ਮੇਰੇ ਕਿਹੜੇ ਵਗ ਚੱਲ, ਸਵੇਰੇ ਵਗ ਜੀ, ਸਵੇਰੇ ਮੈਂ ਤੈਨੂੰ ਛੱਡ ਆਊਂਗਾ। ਚਲੋ ਠੀਕ ਹੈ, ਤੂੰ ਸੋਚਣਾ ਵਾਲਾ ਡਰਨਾ, ਠੀਕ ਹੈ, ਬਹਿ ਜਾ ਬਸ ਆ ਜਾ। ਘਰੇ ਫੋਨ ਕਰਦੀ, ਠੀਕ ਆ? ਠੀਕ ਹੈ, ਓਕੇ। ਆ ਜਾਓ ਜੀ, ਆ ਜਾਓ। ਬਹਿ ਜਾਓ ਬਹਿ ਜਾਓ ਬਹਿ ਜਾਓ, ਤੁਸੀਂ ਬੈਠੋ, ਮੈਂ ਤੁਹਾਡੇ ਲਈ ਚਾਹ ਲੈ ਕੇ ਆਉਣਾ। ਠੀਕ ਹੈ, ਓਕੇ।
ਉਹ ਲੈ ਤੁਸੀਂ ਇੱਥੇ ਖੜੇ ਹੋ ਮੈਂ ਸਾਰਾ ਘਰ ਲੱਭ ਲਿਆ ਮੈਂ ਤੁਹਾਡਾ ਘਰ ਦੇਖਣ ਲੱਗ ਗਈ ਸੀ ਉਹ ਕੋਈ ਨਾ ਘਰ ਵੀ ਦੇਖ ਲਿਓ ਪਹਿਲਾਂ ਚਾਹ ਤਾਂ ਪੀ ਲਓ ਕੋਈ ਨਹੀਂ ਹੋਰ ਦੇਖ ਲਿਆ ਫਿਰ ਘਰ ਹਾਂਜੀ ਬਹੁਤ ਵਧੀਆ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਅੱਛਾ ਇੱਧਰ ਹੋਰ ਵੀ ਏਰੀਆ ਹੈਗਾ ਵਧੀਆ ਅੱਛਾ ਹਾਂ ਤੁਸੀਂ ਚਾਹ ਪੀ ਲਓ ਫਿਰ ਮੈਂ ਤੁਹਾਨੂੰ ਦਿਖਾ ਦਿੰਦਾ ਠੀਕ ਹੈ ਕੋਈ ਨਹੀਂ ਹਾਂ ਤੁਸੀਂ ਇੱਕ ਮਿੰਟ ਖੜ ਜਾਓ ਇੱਥੇ ਮੈਂ ਕੱਪ ਧਰਿਆ ਵਾਂ ਠੀਕ ਹੈ ਆ ਜਾਓ ਤੁਹਾਨੂੰ ਮੈਂ ਥੋੜ੍ਹਾ ਰੂਮ ਦਿਖਾ ਦਿੰਦਾ ਆ ਜਾਓ ਇੱਧਰ ਆ ਜਾਓ ਆ ਜਾਓ ਜੀ ਆ ਜਾਓ ਬਹਿ ਜਾਓ ਇਹ ਤੁਹਾਡਾ ਰੂਮ ਹੈ ਠੀਕ ਹੈ ਠੀਕ ਹੈ ਹਾਂ ਤੇ ਮੈਂ ਰੋਟੀ ਬਣਵਾ ਦਿੰਦਾ ਗਾ ਹਾਂ ਤੇ ਤੁਸੀਂ ਥੈਂਕ ਯੂ ਵੈਲਕਮ ਤੁਸੀਂ ਇੱਥੇ ਰਹਿ ਜਾਓ ਸਵੇਰੇ ਮੈਂ ਤੁਹਾਨੂੰ ਛੱਡ ਆਊਂਗਾ ਕੋਈ ਨਹੀਂ ਠੀਕ ਹੈ ਆਰਾਮ ਕਰ ਲਓ ਮੈਂ ਰੋਟੀ ਭੇਜ ਦਿੰਦਾ ਕੋਈ ਨਹੀਂ ਓਕੇ ਲੈ ਵੀ ਸਵੇਰ ਹੋ ਗਈ ਚਾਹ ਧਰੀਏ ਨਾਲੇ ਪਹਿਲਾਂ ਕੰਮ ਉਹਨੂੰ ਉਠਾ ਦਿੰਦੇ ਹਾਂ ਪਹਿਲਾਂ ਫਰੈਸ਼ ਹੋਊਗੀ ਫਿਰ ਚਾਹ ਪੀ ਕੇ ਉਹਨੂੰ ਛੱਡ ਕੇ ਵੀ ਆਉਣਾ ਹੈਗਾ ਚੱਲ ਕਮਲ ਹੈ ਕਮਲ ਕਿੱਧਰ ਭੱਗ ਗਈ ਬਾਥਰੂਮ ਨਾ ਗਈ ਹੋਵੇ ਬਾਥਰੂਮ ਚੈੱਕ ਕਰਦਾ ਬਾਥਰੂਮ 'ਚ ਵੀ ਨਹੀਂ ਹੈਗੀ ਯਾਰ ਇਹ ਕਿੱਧਰ ਭੱਗ ਗਈ ਸਵੇਰੇ ਸਵੇਰੇ ਕਮਾਲ ਦੀ ਗੱਲ ਹੈ ਯਾਰ ਨਾ ਦੱਸ ਕੇ ਗਈ ਹੈ ਅਲਮਾਰੀ ਅਲਮਾਰੀ ਕਿਵੇਂ ਨਾ ਚ ਚਾਬੀ ਹੈ ਸਮਾਨ ਜਿਹਾ ਕਿੱਧਰ ਭੱਗ ਗਿਆ ਸਾਰਾ ਹੈ ਮੇਰਾ ਬਟੂਆ ਘੜੀ ਇਹ ਕੀ ਚੱਕਰ ਪੈ ਗਿਆ ਹੈਲੋ ਤੁਸੀਂ ਆ ਜਾਓ ਕੰਮ ਤਾਂ ਆਪਣਾ ਹੋ ਗਿਆ ਮੈਨੂੰ ਤਾਂ ਲੱਗਦਾ ਕਮਲ ਮੇਰੇ ਨਾਲ ਧੋਖਾ ਕਰਕੇ ਪਰ ਮੈਨੂੰ ਜਾ ਕਰ ਨਹੀਂ ਰਾਤ ਨੂੰ ਅੱਛਾ ਹਾਂ ਤਾਂ ਹੀ ਨਹੀਂ ਜਾ ਗਈ ਮੈਨੂੰ ਕਮਲ ਨੇ ਟੌਫੀ ਖਵਾਈ ਸੀ ਮੈਨੂੰ ਮੈਨੂੰ ਲੱਗਦਾ ਉਹਦੇ ਵਿੱਚ ਕੁਛ ਹੈਗਾ ਸੀਗਾ ਮਿੱਤਰਾ ਤਾਂ ਲੈ ਗਈ ਤੇਰਾ ਸਾਰਾ ਸਮਾਨ ਭੱਜ ਕੇ ਲੈ ਕੇ ਸਹੀ ਕਿਹਾ ਨਾ ਜੀ ਗੁਰਵਿੰਦਰ ਕਹਿੰਦਾ ਇਹ ਕੁੜੀਆਂ ਕਿਸੇ ਦੀਆਂ ਮਿੱਤ ਨਹੀਂ ਹੁੰਦੀਆਂ ਪਰ ਮੇਰੀ ਅੱਖਾਂ 'ਤੇ ਪੜਦਾ ਪੈ ਰਿਹਾ ਸੀਗਾ ਮੈਂ ਫੋਨ ਲਾ ਕੇ ਦੇਖਦਾ ਕਮਲ ਦਾ ਇਹ ਤਾਂ ਫੋਨ ਵੀ ਬੰਦ ਆ ਰਿਹਾ ਸੱਚੀ ਗੱਲ ਹੈ ਇਹਦਾ ਧੋਖਾ ਕਰ ਗਈ ਕਮਲ ਮੈਂ ਤੈਨੂੰ ਇੰਨਾ ਪਿਆਰ ਕੀਤਾ ਸੀਗਾ ਸੱਚਾ ਤੂੰ ਮੇਰੇ ਪਿਆਰ ਦਾ ਇਹ ਸਿਰਾ ਦਿੱਤਾ ਮੈਨੂੰ
सही कह दिया गुरविंदर, मैं ओरी एक नहीं सुनी हैगी। वो कहना सीगा भी कुड़ियां दे मगर ना लग, ये तो पैसे खांदियां ने, पर मैनू की पता सीगा कि तू तो मेरा सारा कुछ ही लुट के ले जाएगी। मैं की करा ना, मैं गुरविंदर फोन आने जोगरा, वो की कहूगा भी देख लिया सच्चा प्यार। पहली बार जिंदगी प्यार किया, उस भी धोखा मिल गया, हूँ सारी जिंदगी कुड़ियों के यकीन नहीं करना। हाँ जी, सत श्री अकाल दोस्तों, तुहानू ये वीडियो किवें लगी कमेंट करके जरूर दस्यो, ते इदां दीआं होर वीडियो देखण लई साडे चैनल नू सबसक्राइब कर लो, नाल दित्ती गई बैल दी घंटी नू जरूर दबो ताकि आउण वाली वीडियो दी नोटिफिकेशन तुहानू टाइम ते मिल सके। सारिआं दा बहुत बहुत धन्नवाद।